ਬਿਨਾਂ ਬੁਲਾਏ ਕਿਤੇ ਜਾਣਾ ਨਹੀਂ ਚਾਹੀਦਾ, ਨਹੀਂ ਤਾਂ ਫਿਰ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਸਕਦਾ। ਇਹ ਗੱਲ ਸੱਚ ਸਾਬਿਤ ਹੋਈ ਜਲੰਧਰ ਦੇ ਵਿੱਚ, ਜਿੱਥੇ ਕਿ 4 ਪੁਲਿਸ ਮੁਲਾਜ਼ਮ ਇੱਕ ਵਿਆਹ ਸਮਾਗਮ 'ਚ ਪਹੁੰਚੇ, ਉੱਥੇ ਪਹੁੰਚ ਕੇ ਸ਼ਰਾਬ ਪੀਤੀ ਅਤੇ ਸ਼ਰਾਬ ਪੀ ਕੇ ਲੜਕੀ ਦੇ ਪਿਤਾ ਨੂੰ ਹੀ ਧੱਕਾ ਮਾਰ ਦਿੱਤਾ। ਇੱਥੋਂ ਤੱਕ ਕਿ ਧੱਕਾ ਇਸ ਕਦਰ ਮਾਰਿਆ ਕਿ ਲੜਕੀ ਦਾ ਪਿਤਾ ਬਹੁਤ ਬੁਰੀ ਤਰ੍ਹਾਂ ਬਚਿਆ, ਉਸਦਾ ਸਿਰ ਗਮਲੇ ਦੇ ਵਿੱਚ ਵੱਜ ਜਾਣਾ ਸੀ ਜੇਕਰ ਉਹ ਡਿੱਗ ਜਾਂਦਾ, ਜਿਸ ਨੂੰ ਉੱਥੇ ਮੌਜੂਦ ਹੀ ਵਿਅਕਤੀਆਂ ਦੇ ਵੱਲੋਂ ਬਚਾਇਆ ਗਿਆ। ਹਾਲਾਂਕਿ ਇੱਥੇ ਮਾਮਲੇ 'ਚ ਟਵਿਸਟ ਉਦੋਂ ਆਇਆ ਜਦੋਂ ਇਹ ਇੱਕ ਹਾਈ ਪ੍ਰੋਫਾਈਲ ਵਿਆਹ ਚੱਲ ਰਿਹਾ ਸੀ, ਤਾਂ ਐਸੇ 'ਚ ਜਦੋਂ ਇਹਨਾਂ ਪੁਲਿਸ ਵਾਲਿਆਂ ਨੇ ਬਦਤਮੀਜ਼ੀ ਕੀਤੀ ਤਾਂ ਫਿਰ ਉੱਥੇ ਲੋਕ ਉਤਾਰੂ ਹੋ ਗਏ ਇਸ ਗੱਲ ਦੇ ਉੱਤੇ ਕਿ ਭਾਵੇਂ ਇਹ ਵਿਆਹ ਸਮਾਗਮ ਬੰਦ ਕਰਨਾ ਪੈ ਜਾਵੇ ਪਰ ਇਸ ਪੁਲਿਸ ਵਾਲੇ ਨੂੰ ਸਜ਼ਾ ਤਾਂ ਦਵਾ ਕੇ ਰਹਾਂਗੇ। ਤਾਂ ਐਸੇ 'ਚ ਉਹ ਜੋ ASI ਮੌਜੂਦ ਸੀ ਜਲੰਧਰ ਦਿਹਾਤੀ ਪੁਲਿਸ ਦਾ, ਇਹ ASI ਦੱਸਿਆ ਜਾ ਰਿਹਾ, ਉਸ ਨੂੰ ਪੁੱਛਿਆ ਤੈਨੂੰ ਬੁਲਾਇਆ ਇੱਥੇ ਕਿਸ ਨੇ, ਹੈ ਕਿਉਂ ਆਇਆ ਤੂੰ ਇੱਥੇ? ਤਾਂ ਕਹਿਣ ਲੱਗਿਆ ਕਿ ਮੈਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਕਿ ਇੱਥੇ ਕੋਈ ਸ਼ਿਵ ਸੈਨਾ ਦਾ ਲੀਡਰ ਹੈ ਜੋ ਆ ਰਿਹਾ, ਉਹਦੀ ਸੁਰੱਖਿਆ ਦੇ ਲਈ ਅਸੀਂ ਇੱਥੇ ਆਏ ਹੋਏ ਹਾਂ ਅਤੇ ਇਸੇ ਲਈ ਆਏ ਸੀ। ਫਿਰ ਅਗਲਿਆਂ ਨੇ ਸਵਾਲ ਪੁੱਛਿਆ ਕਿ ਠੀਕ ਹੈ ਜੇ ਸੁਰੱਖਿਆ ਲਈ ਆਇਆ ਤਾਂ ਫਿਰ ਬਾਹਰ ਖੜਾ ਇੱਥੇ ਖੜਾ ਕੀ ਕਰਦਾ, ਅਤੇ ਸਭ ਤੋਂ ਵੱਡੀ ਗੱਲ ਕਿ ਸ਼ਰਾਬ ਪੀ ਕੇ ਸੁਰੱਖਿਆ ਕਰੇਗਾ ਇੱਥੇ? ਤਾਂ ਇਸ ਦੇ ਸਵਾਲ ਦੇ ਵਿੱਚ ਉਹ ਮੌਨ ਹੋ ਗਿਆ। ਕੁਦਰਤੀ ਉੱਥੇ ਮੌਜੂਦ ਸੀ ਜਲੰਧਰ ਤੋਂ ਹੀ ਵਿਧਾਇਕ ਰਮਨ ਅਰੋੜਾ, ਤਾਂ ਐਸੇ 'ਚ ਵਿਧਾਇਕ ਰਮਨ ਅਰੋੜਾ ਦੇ ਸਾਹਮਣੇ ਹੀ ਇਹ ਸਾਰੀ ਗੱਲ ਹੋਈ। ਤਾਂ ਉਹਨਾਂ ਨੇ ਵੀ ਜਦ ਇਸ ਪੁਲਿਸ ਅਧਿਕਾਰੀ ਨੂੰ ਦੇਖਿਆ ਤਾਂ ਫਿਰ ਮੌਕੇ 'ਤੇ ਉਹਨਾਂ ਨੇ SHO ਨੂੰ ਫੋਨ ਲਾਇਆ ਅਤੇ ਉੱਥੇ ਪੁੱਛਿਆ ਕਿ ਇਹ ਸਭ ਇੱਦਾਂ ਚੱਲ ਰਿਹਾ, ਕੌਣ ਆਏ ਵਿਅਕਤੀ, ਕੀ ਇਸ ਨੂੰ ਇੱਥੇ ਡਿਊਟੀ 'ਤੇ ਭੇਜਿਆ ਗਿਆ? ਅਤੇ ਫਿਰ ਜੋ ਹੋਰ ਪੁਲਿਸ ਅਧਿਕਾਰੀ ਵੀ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਕਿਸੇ ਨੇ ਉਸਦੀ ਡਿਊਟੀ ਇੱਥੇ ਨਹੀਂ ਲਗਾਈ ਪਰ ਉਹ ਖੁਦ ਬ ਖੁਦ ਹੀ ਇੱਥੇ ਪਹੁੰਚਿਆ ਹੋਇਆ। ਹਾਲਾਂਕਿ ਪੂਰੇ ਮਾਮਲੇ ਦੇ ਬਾਰੇ ਅਜੇ ਤੱਕ ਪੁਲਿਸ ਦੇ ਵੱਲੋਂ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਹੈ, ਪਰ ਇਸਦੀ ਵੀਡੀਓ ਸਾਹਮਣੇ ਆਈਆਂ ਨੇ ਜਿਸ ਵੀਡੀਓ ਦੇ ਵਿੱਚ ਬਹਿਸ ਦੇ ਹੋਏ ਦਿਖਾਈ ਦੇ ਰਹੇ ਨੇ ਇਸ ਪੁਲਿਸ ਵਾਲੇ ਦੇ ਨਾਲ, ਜਿੱਥੇ ਲੰਬਾ ਸਮਾਂ ਬਹਿਸ ਹੁੰਦੀ ਰਹੀ ਅਤੇ ਉਹ ਵੀ ਇਹੀ ਕਹਿੰਦਾ ਰਿਹਾ ਕਿ ਮੈਨੂੰ ਤਾਂ ਕਿਸੇ ਨੇ ਫੋਨ ਕਰਕੇ ਬੁਲਾਇਆ ਪਰ ਸ਼ਰਾਬ ਦੇ ਨਸ਼ੇ ਦੀ ਹਾਲਤ 'ਚ ਇਸ ਤਰ੍ਹਾਂ ਸੀ ਕਿ ਉਸਦਾ ਜੋ ਪਾਰਾ ਹੈ ਉਹ ਸਿਰ ਦੇ ਉੱਤੇ ਚੜ੍ਹਿਆ ਹੋਇਆ ਸੀ, 7ਵੇਂ ਅਸਮਾਨ 'ਤੇ ਪਾਰਾ ਚੜ੍ਹਿਆ ਹੋਇਆ ਸੀ। ਦੂਸਰੇ ਪਾਸੇ ਹੁਣ ਜੋ ਲੜਕੇ ਅਤੇ ਲੜਕੀ ਵਾਲੇ ਸੀ ਉਹਨਾਂ ਦਾ ਵਿਆਹ ਦਾ ਸਮਾਗਮ ਸੀ, ਖੁਸ਼ੀ ਦਾ ਮੌਕਾ ਸੀ, ਅਤੇ ਐਸੇ ਦੇ ਵਿੱਚ ਆ ਕੇ ਉਸੇ ਜਗ੍ਹਾ 'ਤੇ ਪਹੁੰਚ ਕੇ ਜਿਨ੍ਹਾਂ ਦਾ ਵਿਆਹ ਚੱਲ ਰਿਹਾ ਉਹਨਾਂ ਨਾਲ ਬਦਤਮੀਜ਼ੀ ਕੀਤੀ ਤਾਂ ਫਿਰ ਉਹ ਵੀ ਸਹਾਰ ਨਹੀਂ ਪਾਏ ਅਤੇ ਇਸਦੀ ਵੀਡੀਓ ਬਣਾ ਕੇ ਜੰਮ ਕੇ ਲਤਾੜ ਲਗਾਈ ਇਸ ਪੁਲਿਸ ਵਾਲੇ ਨੂੰ। ਇੱਕ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਪੂਰੇ ਘਟਨਾਕ੍ਰਮ ਦੀ, ਆਖਿਰਕਾਰ ਹੋਇਆ ਕੀ ਸੀ। ਹੁਣ ਤੁਸੀਂ ਨਿਰਧਾਰਿਤ ਕਰਿਓ ਵੀਡੀਓ ਦੇਖ ਕੇ ਕਿ ਇੱਥੇ ਸਹੀ ਕੌਣ ਹੈ ਅਤੇ ਗਲਤ ਕੌਣ ਹੈ, ਅਤੇ ਜੇਕਰ ਇਹ ਪੁਲਿਸ ਵਾਲਾ ਗਲਤ ਹੈ ਤਾਂ ਫਿਰ ਇਸ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ। ਆਪਣੇ ਗਨਮੈਨ ਹੈਗੇ ਆ, ਉਹ ਤੁਹਾਡੀ ਪੀ ਕੇ ਡਿਊਟੀ ਕਰਨੀ, ਅੰਦਰ ਬਹਿ ਕੇ ਤੁਸੀਂ ਕਰਨੀ ਹੈ? ਨਹੀਂ, ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਕਿ ਅੰਦਰ ਦੇਣੀ ਜਾ ਕੇ? ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ? ਖੋਇਆ ਸਾਡਾ ਉਹਨਾਂ ਨੇ, ਸਰ ਮੋਬਾਈਲ ਹੀ ਖੋਇਆ, ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ? ਤੁਹਾਡੇ SHO ਕਿੱਥੇ ਪਤਾਰੇ ਦਾ ਨੰਬਰ ਕੀ ਹੁੰਦਾ? ਅਦੇ ਮੈਨੂੰ ਨੰਬਰ ਦਿੱਤਾ ਇਹਨਾਂ ਕੋਲ ਹੀ ਹੈ, ਫੋਨ ਇਹਨਾਂ ਕੋਲ ਹੀ ਹੈ। ਮੇਰੇ ਕੋਲ ਨੰਬਰ ਤੇਰਾ ਫੋਨ ਹੈ, ਨੰਬਰ ਦੱਸ, ਨੰਬਰ ਦੇ, ਨੰਬਰ ਦੱਸ ਕਿੰਨਾ ਨਾ ਵਿੱਚ ਇਹਨਾਂ? ਤੁਸੀਂ ਦੱਸ ਦਿਓ ਸਰ, ਸਮੀ ਤੁਸੀਂ ਨਾਲ ਹੋ, ਤੁਸੀਂ ਦੱਸ ਦਿਓ ਟੋਲੇ ਦੂਜੇ ਮੁੰਡੇ ਕਿੱਥੇ ਆ? ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿੱਥੇ ਤੁਹਾਡੀ? ਗੱਲ ਉਹਦੇ ਹੁੰਦੀ ਨਹੀਂ ਵੀ, ਦੇਖੋ ਦਾਰੂ ਜਾਂਦਾ ਨਹੀਂ ਪਿਆ। ਅੰਕਲ ਗੱਲ ਕਰੇ, ਇੱਕ ਮਿੰਟ ਭੇਜਿਆ ਕਿੰਨੇ ਸਰ? ਇਹ ਡਿਊਟੀ ਆਉਂਦੇ ਸਾਡੇ ਕੋਲ ਪੁੱਛ ਲੈਣ, ਹਾਂਜੀ ਇਹ ਆਉਂਦੇ ਡਿਊਟੀ ਪੁੱਛ ਲੈਣ 'ਚੋਂ ਭੇਜਿਆ ਵੀ ਇੱਥੇ ਸ਼ਿਵ ਸੈਨਾ ਦਾ ਪ੍ਰੋਗਰਾਮ ਆ, ਇਹ ਹੈਲੋ ਕਨਕ ਕਨਕ ਉਹਨਾਂ ਦਾ ਪ੍ਰੋਗਰਾਮ ਆ, ਉਹਨਾਂ ਦੀ ਰਿੰਗ ਸੈਰਾਮਨੀ ਆ, ਤੁਸੀਂ ਉੱਥੇ ਜਾਣਾ, ਅਸੀਂ ਉੱਥੇ ਆਏ ਹਾਂ।
ਕੋਈ ਇਹੋ ਜਿਹੀ ਗੱਲ ਨਹੀਂ। ਨਹੀਂ ਸਿਕਿਉਰਿਟੀ ਤੁਸੀਂ ਦਾਰੂ ਪੀ ਕੇ ਕਰੋਗੇ? ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ, ਚਲੋ ਮੈਂ ਜਿਹਨੇ ਵੀ ਫੋਨ ਕੀਤਾ, ਸਿਕਿਉਰਿਟੀ ਤੁਸੀਂ ਦਾਰੂ ਪੀ ਕੇ ਕਰੋਗੇ? ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ, ਤੁਸੀਂ ਸਿਕਿਉਰਿਟੀ ਦਾਰੂ ਪੀ ਕੇ ਕਰੋਗੇ? ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ, ਸਿਕਿਉਰਿਟੀ ਕਿਸੇ ਦੀ ਕੀ ਕਰੋਗੇ ਤੁਸੀਂ? ਉਹਨਾਂ ਨੂੰ ਬੁਲਾ ਲਓ, ਇਹ ਬਾਈ ਬਾਈ ਨੰਬਰ ਐਂਡ 'ਤੇ ਮੇਰੇ ਫੋਨ 'ਚੋਂ ਕੱਟ ਕੇ, ਹਾਂ ਉਹਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਵੀ ਸਾਡੇ ਇੱਥੇ ਚੀਫ ਗੈਸਟ ਆਉਣੇ ਆ, ਐਸ ਐਚ ਓ ਸਾਹਿਬ ਨੂੰ ਭੇਜੋ ਇਹਨਾਂ ਨੂੰ, ਇਹ ਕਹਿੰਦੇ ਸਰ ਇੱਦਾਂ ਤੁਹਾਡੇ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ, ਪੰਜ ਅੰਦਰ ਖੂਬ ਦਾਰੂ ਪੀ ਰਹੇ ਆ, ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਥਾਣੇ ਤੋਂ ਆ, ਦੋ ਅਤੇ ਦੋ ਤਿੰਨ ਹੋਰ ਹੈ ਜੀ, ਖੂਬ ਦਾਰੂ ਪੀ ਕੇ ਅੰਦਰ ਹੰਗਾਮਾ ਕਰ ਰਹੇ ਆ, ਜਿਨ੍ਹਾਂ ਦੇ ਘਰ ਫੰਕਸ਼ਨ ਉਹਨਾਂ ਨੂੰ ਧੱਕੇ ਮਾਰੇ ਜੀ। ਮੈਂ ਉਸ ਵੇਲੇ ਮੌਕੇ 'ਤੇ, ਕਿੰਨਾ ਤੇਰਾ ਘਰ? ਕੇਵਲ ਸਿੰਘ ਜੀ, ਕੇਵਲ ਸਿੰਘ ਆ, ਹੋਰ ਕਿੱਥੇ ਬਣਦੇ? ਇਹ ਐੱਸ ਆਈ ਹੈ ਜੀ, ਡਿਊਟੀ ਕਰਨਾ ਆਓਗੇ ਤਦ ਇੱਥੇ ਆਓਗੇ ਨਾ? ਬੋਲਿਆ ਤੁਹਾਡੇ ਕੋਲ ਜਾਂਦਾ ਨੀ ਪਿਆ, ਧੱਕੇ ਨੂੰ ਤਾਂ ਸੀਨਾ ਚੋਰੀ ਨਾਲ, ਚੋਰੀ ਨਾਲ ਸੀਨਾ ਚੋਰੀ।